ਅਰਵਿੰਦ ਕੁਮਾਰ ਆ, ਅੱਜ ਤੋਂ ਮੈਨੂੰ 4 ਸਾਲ ਹੋ ਗਏ ਜ਼ੋਮੈਟੋ 'ਚ ਕੰਮ ਕਰਦੇ ਆ। ਪਹਿਲਾਂ ਸਭ ਤੋਂ ਵਧੀਆ ਇਹਨਾਂ ਦਾ ਸਿਸਟਮ 8 ਤੇ 12 ਆਰਡਰਾਂ ਵਾਲਾ ਸੀ, ਉਹ ਸਭ ਤੋਂ ਵਧੀਆ ਸੀ, ਮਿਨੀਮਮ ਗਰੰਟੀ ਵਾਲਾ। ਉਸ ਤੋਂ ਬਾਅਦ ਗਿਗਸ ਆਉਣ ਕਾਰਨ ਇਹਦੇ ਵਿੱਚ ਸਾਰਾ ਸਿਸਟਮ ਖਰਾਬ ਹੋ ਗਿਆ, ਮਤਲਬ ਇਹਦੇ ਵਿੱਚ ਸਾਨੂੰ ਪੈਸੇ ਨਹੀਂ ਠੀਕ ਦੇ ਰਹੇ। 12 ਕਿਲੋਮੀਟਰ ਦੇ 60 ਰੁਪਏ 70 ਰੁਪਏ ਇੱਦਾਂ ਪੈਸੇ ਦੇ ਰਹੇ ਆ, ਸਿਰਫ ਸ਼ਨੀ ਐਤਵਾਰ ਪੈਸੇ ਦਿੰਦੇ ਆ, ਬਾਕੀ ਦਿਨਾਂ 'ਚ ਪੈਸੇ ਬਹੁਤ ਘੱਟ ਦੇ ਰਹੇ ਆ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਗਿਗਸ ਵਿੱਚ ਠੀਕ ਹੈ, ਗਿਗਸ ਆਈ ਹੈ, ਕੋਈ ਗੱਲ ਨਹੀਂ, ਗਿਗਸ ਵਿੱਚ ਅਸੀਂ ਕੰਮ ਕਰਨ ਨੂੰ ਤਿਆਰ ਆ, ਪਰ ਇਹਦੇ ਵਿੱਚ ਸਾਡੇ ਜਿਹੜੇ ਆ ਪੈਸੇ ਇਨਕਰੀਜ਼ ਕੀਤੇ ਜਾਣ, ਮਤਲਬ ਵਧਾਏ ਜਾਣ। ਠੀਕ ਹੈ, ਮਤਲਬ ਕਿ ਰਾਤ ਨੂੰ 10 ਵਜੇ ਤੋਂ ਬਾਅਦ ਦੂਰ ਦੇ ਆਰਡਰ ਬੰਦ ਕੀਤੇ ਜਾਣ, 10 ਵਜੇ ਦੂਰ ਦੇ ਆਰਡਰ ਪਾਉਂਦੇ ਆ, ਉਹਦੇ ਕਾਰਨ ਸਾਨੂੰ ਰਿਸਕ ਲੈਣਾ ਪੈਂਦਾ, ਲੁੱਟਾ ਖੋਹਾਂ ਅੱਜ ਕੱਲ੍ਹ ਬਹੁਤ ਹੋ ਰਹੀਆਂ। ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ, ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਖੜੇ ਆ, ਜਿੱਥੇ ਪਿਛਲੇ 3 ਦਿਨ ਤੋਂ ਜਿੰਨੇ ਵੀ ਜ਼ੋਮੈਟੋ ਦੇ ਡਿਲੀਵਰੀ ਬੋਆਏ ਹੈਗੇ ਆ ਉਹ ਸਾਰੇ ਹੜਤਾਲ ਦੇ ਉੱਪਰ ਚੱਲ ਰਹੇ ਆ, ਤੇ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਆ। ਔਰ ਇਹਨਾਂ ਦੀ ਜੋ ਇੱਕ ਬੜੀ ਹੀ ਛੋਟੀ ਜੀ ਮੰਗ ਆ ਕਿ ਇਹ ਜਿੰਨੇ ਵੀ ਸਾਰੇ ਨੌਜਵਾਨ ਨੇ ਇਹ ਦਿਨ ਰਾਤ ਮਿਹਨਤ ਕਰਦੇ ਆ, ਆਪਣੀ ਲਾਈਫ ਨੂੰ ਵੀ ਰਿਸਕ ਵਿੱਚ ਰੱਖਦੇ ਆ, ਆਪਣੀ ਮਸ਼ੀਨਰੀ ਵੀ ਯੂਜ਼ ਕਰਦੇ ਆ, ਪਰ ਜਿਹੜੀ ਜ਼ੋਮੈਟੋ ਕੰਪਨੀ ਆ ਉਹ ਜਿਹੜੀ ਕਸਟਮਰ ਕੋਲ ਤੇ ਆਪਣਾ ਪੂਰਾ ਚਾਰਜ ਕਰਦੀ ਆ, ਪਰ ਇਹਨਾਂ ਨੂੰ ਜਿਹੜੇ ਪਰ ਕਿਲੋਮੀਟਰ ਦੇ ਜੋ ਡਿਲੀਵਰੀ ਇਹਨਾਂ ਦਾ ਜੋ ਪ੍ਰੋਟੋਕੋਲ ਹੈ ਇੱਕ ਕੰਪਨੀ ਦਾ, ਉਹ ਜਿਹੜਾ ਇਹਨਾਂ ਨੂੰ ਜਿਹੜਾ ਇਨਸੈਂਟਿਵ ਆ ਪਰ ਕਿਲੋਮੀਟਰ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਘੱਟ ਦਿੱਤਾ ਜਾ ਰਿਹਾ। ਔਰ ਜਿਸ ਤਰ੍ਹਾਂ ਹੁਣ ਠੰਡ ਦਾ ਵੀ ਦੇਣੇ ਆ ਤੇ ਮੁੰਡੇ ਦਿਨ ਰਾਤ ਸਵੇਰ ਤੜਕੇ ਤੋਂ ਮਿਹਨਤ ਕਰਕੇ ਰਾਤ ਲੇਟ ਨਾਈਟ ਤੱਕ ਮਿਹਨਤ ਕਰਦੇ ਆ, ਠੰਡ ਵੀ ਪੂਰੀ ਹੁੰਦੀ ਆ, ਧੁੰਦ ਵੀ ਪੈ ਜਾਂਦੀ ਆ, ਔਰ ਜਿਹੜਾ ਇਸ ਵੇਲੇ ਜੋ ਪੰਜਾਬ ਦਾ ਮਾਹੌਲ ਆ ਤੇ ਰਿਸਕ ਵੀ ਬਹੁਤ ਜ਼ਿਆਦਾ, ਲਿੱਟਾ ਖੋਹਾਂ ਦੀ ਜਿਹੜੀ ਵਾਰਦਾਤਾਂ ਨੇ ਉਹ ਬਹੁਤ ਜ਼ਿਆਦਾ ਆਮ ਹੀ ਜਿਹੜੀਆਂ ਪਬਲਿਕ ਦੇ ਵਿੱਚ ਰੋਡ ਦੇ ਉੱਪਰ ਜਾਂਦੀਆਂ ਹੁੰਦੀਆਂ ਨੇ, ਇਹਨਾਂ ਵਿੱਚੋਂ ਬਹੁਤ ਸਾਰੇ ਮੁੰਡੇ ਵੱਖ ਵੱਖ ਪਿੰਡਾਂ ਤੋਂ, ਜਿਹੜੇ ਗੁਰਦਾਸਪੁਰ ਤੋਂ ਕੋਈ 10 ਕਿਲੋਮੀਟਰ ਤੋਂ ਆਉਂਦਾ, ਕੋਈ 15 ਕਿਲੋਮੀਟਰ ਤੋਂ ਆਉਂਦਾ, ਔਰ ਦਿਨੇ ਆਪਣੀ ਸ਼ਹਿਰ ਦੇ ਵਿੱਚ ਆ ਕੇ ਮਿਹਨਤ ਕਰਦੇ ਆ, ਆਪਣੇ ਪਰਿਵਾਰ ਦਾ ਖਰਚਾ ਚਲਾਉਂਦੇ ਨੇ, ਪਰ ਕੰਪਨੀ ਜਿਹੜੀ ਇਹਨਾਂ ਨੂੰ ਬਣਦਾ ਜਿੰਨਾ ਜਿਹੜਾ ਹੱਕ ਆ, ਜੋ ਇਹਨਾਂ ਦਾ ਇੱਕ ਪੂਰਾ ਖਰਚਾ ਆ ਉਹ ਵੀ ਪੂਰਾ ਨਹੀਂ ਕਰ ਰਹੀ, ਸਿਰਫ ਇਹਨਾਂ ਨੂੰ 6 ਕਿਲੋਮੀਟਰ ਤੋਂ ਵੀ ਘੱਟ ਜਿਹੜਾ ਪਰ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਦੇ ਰਹੇ ਆ। ਤੇ ਸਾਰੇ ਗੁਰਦਾਸਪੁਰ ਦੇ ਜਿੰਨੇ ਵੀ ਡਿਲੀਵਰੀ ਪਾਰਟਨਰ ਨੇ, ਸਾਰੇ ਨੇ ਡਿਲੀਵਰੀ ਬੋਆਏ ਨੇ, ਉਹ ਪਿਛਲੇ 3 ਦਿਨ ਤੋਂ ਹੜਤਾਲ ਚੱਲ ਰਹੀ ਆ, ਉਹ ਆਪਣੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਆ, ਔਰ ਕੰਪਨੀ ਉਲਟਾ ਇਹਨਾਂ ਦੀ ਗੱਲ ਮੰਨਣ ਦੀ ਬਜਾਏ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ, ਧਮਕੀਆਂ ਦੇ ਰਹੀ ਆ, ਔਰ ਧਮਕੀਆਂ ਕਿਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਜਾਂ ਤੇ ਤੁਸੀਂ ਇਸੇ ਰੇਟਾਂ ਦੇ ਉੱਪਰ ਸਾਡੇ ਨਾਲ ਸੈਟੀਸਫਾਈਡ ਹੋਵੋ, ਆਪਣਾ ਕੰਮ ਕਰੋ, ਨਹੀਂ ਤੇ ਅਸੀਂ ਤੁਹਾਨੂੰ ਜਿਹੜਾ ਆ ਨੌਕਰੀ ਤੋਂ ਕੱਢ ਕੇ ਤੇ ਨਵੇਂ ਬੰਦੇ ਜਿਹੜੇ ਹਾਇਰ ਕਰ ਲਵਾਂਗੇ। ਸੋ ਇੱਕ ਬੰਦਾ ਆਪਣੀ ਮੁਸ਼ਕਲ ਦੱਸ ਰਿਹਾ, ਪਰ ਉਹਦੀ ਮੁਸ਼ਕਲ ਦਾ ਹੱਲ ਇਸ ਕੰਪਨੀ ਵੱਲੋਂ ਕੋਈ ਨਹੀਂ ਕੀਤਾ ਜਾ ਰਿਹਾ, ਉਲਟਾ ਜਦੋਂ ਕਿਸੇ ਰੈਸਟੋਰੈਂਟ ਵਾਲੇ ਕੋਲੋਂ ਵੀ ਵਾਧੂ ਚਾਰਜ ਜੋ ਇਹਨਾਂ ਕੋਲੋਂ ਲਏ ਜਾਂਦੇ ਆ, ਤਕਰੀਬਨ 28 ਤੋਂ ਟੈਕਸ ਪਾ ਕੇ 38% ਤੱਕ ਕਮਿਸ਼ਨ ਜ਼ੋਮੈਟੋ ਨੂੰ ਜਾਂਦੀ ਆ, ਪਲੱਸ ਜਿਹੜਾ ਕਸਟਮਰ ਕੋਈ ਆਰਡਰ ਕਰਦਾ ਤੇ ਉਹਦਾ ਵੀ ਜਿਹੜੇ ਡਿਲੀਵਰੀ ਚਾਰਜਿਸ ਤੇ ਹੋਰ ਇਧਰ ਖਰਚੇ ਜਿਹੜੇ ਪਾ ਕੇ ਆ, ਉਹ ਬਹੁਤ ਹੀ ਜ਼ਿਆਦਾ ਵੱਡੇ ਮਾਰਜਨ ਨਾਲ ਕਮਿਸ਼ਨ ਜਿਹੜੀ ਆ ਉਹ ਕੰਪਨੀ ਨੂੰ ਜਾਂਦੀ ਆ। ਪਰ ਇਹ ਮੁੰਡੇ ਜਿਹੜੇ ਮਿਹਨਤ ਕਰਦੇ ਦਿਨ ਰਾਤ, ਇਹਨਾਂ ਨੂੰ ਕੱਖ ਵੀ ਪੱਲੇ ਨਹੀਂ ਪਾ ਰਹੇ ਇਹਨਾਂ ਦੇ। ਸੋ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਦੇ ਜ਼ੋਮੈਟੋ ਨੂੰ ਇਹ ਚੇਤਾਵਨੀ ਦੇਵਾਂਗੇ ਵੀ ਜੇਕਰ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ, ਇਹਨਾਂ ਦਾ ਪੂਰਨ ਜਿਹੜੇ ਜਿੰਨੀ ਵੀ ਡਿਮਾਂਡ ਹੈ ਇਹਨਾਂ ਦੀ ਪਰ ਕਿਲੋਮੀਟਰ ਦੇ ਹਿਸਾਬ ਨਾਲ ਉਹ ਪੂਰਤੀ ਨਹੀਂ ਕੀਤੀ ਜਾਂਦੀ, ਤੇ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਵੀ ਇਹ ਜਿਹੜੇ ਮੁੰਡੇ ਆ ਇਕੱਲੇ ਆ, ਅਸੀਂ ਕਿਸਾਨ ਯੂਨੀਅਨ ਪੂਰਨ ਤੌਰ ਤੇ ਇਹਨਾਂ ਦੇ ਨਾਲ ਆ, ਇਹ ਲੋਕਲ ਜਿਹੜੇ ਮੁੰਡੇ ਆਪਣੀ ਮਿਹਨਤ ਕਰਕੇ ਰੁਜ਼ਗਾਰ ਚਲਾ ਰਹੇ ਆ,
ਅਸੀਂ ਇਹਨਾਂ ਦਾ ਪੂਰਨ ਤੌਰ ਤੇ ਸਮਰਥਨ ਕਰਾਂਗੇ। ਔਰ ਜਿਹੜੀ ਕੰਪਨੀ ਹੈ ਧਮਕੀ ਦੇ ਰਹੀ ਆ ਕਿ ਅਸੀਂ ਨਵੇਂ ਬੰਦੇ ਹਾਇਰ ਕਰਕੇ ਤੇ ਇਹਨਾਂ ਨੂੰ ਬਾਹਰ ਕੱਢ ਦੇਵਾਂਗੇ, ਤੇ ਅਸੀਂ ਕੰਪਨੀ ਨੂੰ ਸਾਫ਼ ਦੱਸ ਦੇਵਾਂਗੇ ਵੀ ਤੁਸੀਂ ਜਿਹੜੀ ਕਾਰਵਾਈ ਕਰਨੀ ਆ ਸਾਡੇ ਉੱਤੇ ਕਰਵਾ ਦਿਓ। ਅਸੀਂ ਨਵੇਂ ਬੰਦਿਆਂ ਨੂੰ ਵੀ ਇਹ ਗੱਲ ਪਹਿਲਾਂ ਤੇ ਪਿਆਰ ਨਾਲ ਅਪੀਲ ਕਰਾਂਗੇ ਵੀ ਇਹਨਾਂ ਦੇ ਰੁਜ਼ਗਾਰ ਦੇ ਉੱਪਰ ਲੱਤ ਮਾਰ ਕੇ ਤੇ ਆਪਣਾ ਆਪ ਨਾ ਸੋਚੋ, ਆਪਣਾ ਮਤਲਬ ਨਾ ਕੱਢੋ। ਇਹ ਤਕਰੀਬਨ 40 ਤੋਂ 50 ਮੁੰਡੇ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਕੰਪਨੀ ਨਾਲ ਕੰਮ ਕਰ ਰਹੇ ਆ, ਤੇ ਜੇ ਇਹਨਾਂ ਨਾਲ ਧੱਕਾ ਹੋ ਰਿਹਾ ਤਾਂ ਤੁਹਾਡੇ ਨਾਲ 1-2 ਦਿਨ ਵਾਲਿਆਂ ਨਾਲ ਕੋਈ ਨਿਆਂ ਨਹੀਂ ਹੋ ਜਾਣਾ, ਤੁਹਾਨੂੰ ਕੁਝ ਬਹੁਤਾ ਨਹੀਂ ਮਿਲ ਜਾਣਾ। ਸੋ ਇਸ ਕਰਕੇ ਇਹਨਾਂ ਦਾ ਪੂਰਨ ਤੌਰ ਤੇ ਸਮਰਥਨ ਕਰੋ ਤੇ ਮੈਂ ਨਵੇਂ ਬੰਦਿਆਂ ਨੂੰ ਇਹ ਬੇਨਤੀ ਕਰਦਾ ਜੇ ਤਾਂ ਮੰਨਣਗੇ ਪਿਆਰ ਨਾਲ ਠੀਕ ਹੈ, ਨਹੀਂ ਤਾਂ ਸਾਨੂੰ ਇਸ ਕਦਮ ਵੱਲ ਪੁੱਟਣ ਲਈ ਮਜਬੂਰ ਨਾ ਕਰਨ। ਸਭ ਤੋਂ ਪਹਿਲਾਂ ਬੇਨਤੀ ਹੈ ਕਿ ਨਵੀਂ ਜੁਆਇਨਿੰਗ ਕੋਈ ਵੀ ਲੋਕਲ ਬੰਦਾ ਨਾ ਕਰੇ, ਕਿਉਂਕਿ ਕੰਪਨੀ ਬਾਹਰ ਦੀ ਆ। ਇਹ ਮੁੰਡੇ ਸਾਡੇ ਜਿੰਨੇ ਵੀ ਆ ਇਹ ਲੋਕਲ ਸਾਡੇ ਸ਼ਹਿਰ ਦੇ ਵਸਨੀਕ ਨੇ, ਆਲੇ ਦੁਆਲੇ ਪਿੰਡਾਂ ਦੇ ਵਸਨੀਕ ਜਿਹੜੇ ਆ ਵਸਨੀਕ ਨੇ। ਸੋ ਇਸ ਕਰਕੇ ਤੁਸੀਂ ਵੀ ਇਹਨਾਂ ਦਾ ਸਮਰਥਨ ਕਰੋ। ਜੇਕਰ ਕੋਈ ਵੀ ਨਵਾਂ ਮੁੰਡਾ ਰੋਡ ਦੇ ਉੱਪਰ ਲੱਭਦਾ ਜਾਂ ਕਿਸੇ ਰੈਸਟੋਰੈਂਟ ਤੋਂ ਪਿਕਅਪ ਕਰਦਿਆਂ ਨਜ਼ਰ ਆਉਂਦਾ, ਫਿਰ ਉਹਦੀ ਘੇਰਾਬੰਦੀ ਅਸੀਂ ਆਪ ਕਰਾਂਗੇ, ਉਹਨੂੰ ਅਸੀਂ ਆਪ ਰੋਕ ਲਵਾਂਗੇ। ਉਹਦੇ ਲਈ ਜੋ ਵੀ ਸਖ਼ਤ ਕਦਮ ਚੁੱਕਣਾ ਕੰਪਨੀ ਨੇ ਸਾਡੇ ਅਗੇਂਸਟ ਚੁੱਕ ਲਏ, ਪਰ ਅਸੀਂ ਇਹਨਾਂ ਮੁੰਡਿਆਂ ਦੇ ਹੱਕ 'ਚ ਕਦਮ ਜਿਹੜੇ ਆ ਚੁੱਕਾਂਗੇ। ਔਰ ਜਿੰਨੇ ਵੀ ਰੈਸਟੋਰੈਂਟ ਆ ਸਾਡੇ ਗੁਰਦਾਸਪੁਰ ਦੇ ਉਹਨਾਂ ਨੂੰ ਵੀ ਅਪੀਲ ਕਰਾਂਗਾ ਵੀ ਹਾਂ 1-2 ਦਿਨ ਦੀ ਮੁਸ਼ਕਲ ਜ਼ਰੂਰ ਆ, ਪਰ ਜੇ ਤੁਸੀਂ ਵੀ ਪੂਰਨ ਤੌਰ 'ਤੇ ਸਮਰਥਨ ਕਰਦੇ ਹੋ ਆਪਣੇ ਸ਼ਹਿਰ ਵਾਸੀਆਂ ਦਾ, ਆਪਣੇ ਨੌਜਵਾਨਾਂ ਦਾ ਜਿਹੜੇ ਰੁਜ਼ਗਾਰ ਲੱਭ ਕੇ ਆਪਣਾ ਪਰਿਵਾਰ ਪਾਲ ਰਹੇ ਆ, ਤੇ ਫਿਰ ਇਹਨਾਂ ਦੀ ਜਿਹੜੀ ਮੁਸ਼ਕਲ ਹੈ ਹੱਲ ਜਲਦੀ ਹੋ ਜਾਏਗੀ। ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰੇ ਰੈਸਟੋਰੈਂਟ ਵੀ ਗੁਰਦਾਸਪੁਰ ਦੇ ਜਿਹੜੀ ਆਪੋ ਆਪਣੀ ਆਈਡੀਆਂ ਨੇ ਉਹ ਬੰਦ ਕਰ ਦੇਣ, ਕੋਈ ਵੀ ਜ਼ੋਮੈਟੋ ਦਾ ਜਿਹੜਾ ਆਰਡਰ ਆ ਉਹ ਰਿਸੀਵ ਨਾ ਕਰੇ। ਮੇਰਾ ਵੀ ਇੱਕ ਆਪਣਾ ਰੈਸਟੋਰੈਂਟ ਆ, ਮੈਂ ਆਪਣੀ ਆਈਡੀ ਵੀ ਪਿਛਲੇ 4 ਦਿਨ ਤੋਂ ਬੰਦ ਰੱਖੀ ਹੋਈ ਹੈ ਜ਼ੋਮੈਟੋ ਦੀ ਜਿਹੜੀ ਆ ਪੂਰਨ ਤੌਰ ਤੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸ਼ਾਮ ਤੱਕ ਦਾ ਅਲਟੀਮੇਟਮ ਅਸੀਂ ਕੰਪਨੀ ਨੂੰ ਦਿੰਨੇ ਆ, ਨਹੀਂ ਤੇ ਜੇਕਰ ਇਹਨਾਂ ਦਾ ਕੋਈ ਵੀ ਨਵਾਂ ਮੁੰਡਾ ਅਪੁਆਇੰਟ ਹੋ ਕੇ ਕੰਮ ਕਰਦਾ ਨਜ਼ਰ ਆਇਆ ਤੇ ਕੱਲ ਸਵੇਰ ਤੋਂ ਸੋਮਵਾਰ ਤੋਂ ਅਸੀਂ ਉਹਨਾਂ ਮੁੰਡਿਆਂ ਦੀ ਘੇਰਾਬੰਦੀ ਵੀ ਕਰਾਂਗੇ, ਉਹਨਾਂ ਨੂੰ ਰੋਕਾਂਗੇ ਵੀ ਕਿਸੇ ਵੀ ਬੰਦੇ ਨੂੰ ਆਰਡਰ ਨਹੀਂ ਪਿੱਕ ਕਰਨ ਦੇਵਾਂਗੇ। ਫਿਰ ਜੋ ਕੰਪਨੀ ਨੇ ਸਟੈਪ ਚੁੱਕਣਾ ਚੁੱਕ ਲਏ, ਅਸੀਂ ਜੋ ਕਦਮ ਆਪਣੇ ਫੈਸਲੇ ਲਏ ਨੇ ਉਹਨਾਂ ਦੇ ਉੱਪਰ ਪੂਰਨ ਤੌਰ ਤੇ ਪਹਿਰਾ ਵੀ ਦੇਵਾਂਗੇ ਤੇ ਨਾਲ ਵੀ ਖੜਾਂਗੇ। ਇਸ ਕਰਕੇ ਅੱਜ ਐਤਵਾਰ ਸ਼ਾਮ ਤੱਕ ਇਹਨਾਂ ਸਾਰੇ ਹੀ ਗੁਰਦਾਸਪੁਰ ਦੇ ਡਿਲੀਵਰੀ ਪਾਰਟਨਰ ਦਾ ਹੱਲ ਕਰ ਲਿਆ ਜਾਵੇ ਤੇ ਵਧੀਆ ਗੱਲ ਰਹੂਗੀ, ਨਹੀਂ ਤਾਂ ਸੰਘਰਸ਼ ਫਿਰ ਹੋਰ ਤੇਜ਼ ਤੇ ਸਖ਼ਤ ਅਸੀਂ ਕਰਾਂਗੇ। ਸੰਘਰਸ਼ ਲੜਨ ਦੀ ਸਾਨੂੰ ਜਾਂਚ ਆ ਔਰ ਇਹਦੇ ਮਸਲੇ ਹੱਲ ਕਰਾਉਣ ਦੀ ਵੀ ਸਾਨੂੰ ਜਾਂਚ ਆ। ਧੰਨਵਾਦ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ।